ਨਹੀਂ ਜਸਵਿੰਦਰ ਦੀਦੀ ਮੈਂ ਕੋਈ ਜ਼ਰੂਰੀ ਗੱਲ ਲਈ ਕੰਮ ਸੀਗਾ ਮੈਂ ਉਹ ਗੱਲ ਕਰਦੀ ਸੀ ਚੰਗੀ ਆ ਨਹੀਂ 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 ਹੋਲੀ ਦੇ ਨਹੀਂ ਚੰਗੀ ਮੈਂ ਗੱਲ ਕਰਦੀ ਸੀ ਉਹ ਕਿੱਦਾਂ ਤੁਸੀਂ ਠੀਕ ਹੋ ਤੁਹਾਡਾ ਮੈਸੇਜ ਕੱਲ੍ਹ ਆਈ ਮੇਰਾ ਟਾਈਮ ਨਹੀਂ ਲੱਗਾ ਮੈਨੂੰ ਨਹੀਂ ਕੁਝ ਕੋਈ ਪ੍ਰੋਬਲਮ ਜੀ ਪਈ ਸੀ ਤਾਂ ਅਸੀਂ ਉਸ ਚੱਕਰ 'ਚ ਭੱਜੇ ਤੁਰਦੇ ਹਾਂ ਤਾਂ ਕਰਕੇ ਨਾ ਇਹ ਠੀਕ ਹੀ ਨਹੀਂ ਨਾ ਦੀਦੀ ਸਾਰਾ ਕੁਝ ਉਹਨੂੰ ਕੁੱਟਿਆ ਮਾਰਿਆ ਬਹੁਤ ਸੀਗਾ ਉਸ ਚੱਕਰ 'ਚ ਹੀ ਤੁਰੇ ਫਿਰਦੇ ਹਾਂ ਅਤੇ ਇਸ ਕਰਕੇ ਨੀਤੂ ਨੂੰ ਉਹਦੇ ਦਿਓਰ ਨੇ ਅਤੇ ਘਰ ਵਾਲੇ ਨੇ ਦੋਨਾਂ ਨੇ ਜਿੱਦਣ ਮੈਂ ਉਦਣ ਭੱਜੀ ਗਈ ਤੁਸੀਂ ਮੈਨੂੰ ਹੋਰਨ ਮਾਰ ਦਿੱਤੇ ਸੀ ਕੱਲ੍ਹ ਹੀ ਹੈ ਕੱਲ੍ਹ ਕੱਲ੍ਹ ਸਵੇਰ ਨੂੰ ਆ ਪਰਸੋਂ ਰਾਤੀ ਉਹਨਾਂ ਨੇ ਮਾਰਿਆ ਫਿਰ ਮੈਂ ਕੱਲ੍ਹ ਦੇਖੀ ਸਵੇਰੇ ਅਤੇ ਹਾਂ ਇਸ ਕਰਕੇ ਮੈਂ ਫੋਨ 'ਤੇ ਫਿਰ ਸਾਰਿਆਂ ਨਾਲ ਗੱਲ ਕਰਦੀ ਸੀ ਨੀਤੂ ਉੱਥੇ ਹੀ ਹੈ ਪਰ ਉਹ ਸਮਾਨ ਸਮੂਨ ਆਪਣਾ ਪੈਕ ਕਰਦੀ ਪਈ ਅਸੀਂ ਫਿਰ ਸੈਪਰੇਟ ਹੀ ਡਿਵੋਰਸ ਹੀ ਲੈਣਾ ਫਾਇਦਾ ਹੀ ਨਹੀਂ ਹੈਗਾ ਇੱਦਾਂ ਰਹਿਣ ਦਾ ਕੋਈ ਫਾਇਦਾ ਨਹੀਂ ਬਹੁਤ ਵਾਰੀ ਮਾਰਿਆ ਉਹਨੇ ਮੈਨੂੰ ਫਿਰ ਸਾਰਾ ਸਜਾਇਆ ਹੋਇਆ ਕਰਕੇ ਆਹੋ ਉਹੀ ਉਹ ਡਾਕਟਰ ਕੋਲ ਚੱਲੀ ਹੈ ਮੈਂ ਕਿਹਾ ਡਾਕਟਰ ਨੂੰ ਦਿਖਾ ਕੇ ਉਹਦੇ ਸੋਲ 'ਚ ਪਈ ਹੋਈ ਸਾਰੇ ਚੁੱਕਾ ਬੈਠਾ ਵੀ ਨਹੀਂ ਜਾਂਦਾ ਉਹ ਤੋਂ ਉਹਨਾਂ ਨੇ ਉਹੀ ਕਹਿੰਦੀ ਕਿ ਡਾਕਟਰ ਕੋਲ ਜਾ ਕੇ ਅਪਾਇੰਟਮੈਂਟ ਬਣਾ ਅਤੇ ਇਹਨਾਂ ਦੀ ਕੰਪਲੇਂਟ ਕਰੀਏ ਉਹੀ ਕਹਿੰਦੀ ਕਿ ਉਹਨਾਂ ਨੂੰ ਨੀਤੂ ਨੂੰ ਉਹਨੇ ਗੱਲ ਕਰਦੀ ਪਈ ਸੀ ਨਾ ਇਸ ਕਰਕੇ ਮੈਂ ਉਹਦੀ ਟੈਨਸ਼ਨ ਵਿੱਚ ਦੋ ਤਿੰਨ ਦਿਨ ਹੋ ਗਏ ਉੱਧਰ ਹੀ ਕੱਪੜੇ ਦੇ ਹਾਂ ਤਾਂ ਕਰਕੇ ਮੈਂ ਤੇ ਦੀਦੀ ਜੀ ਆ ਤੁਸੀਂ ਇੱਦਾਂ